ਵੇਖ ਕੇ ਜਿਹੜੇ ਹਾਕਮ ਹਕੀਕਤ ਨੂੰ ਜਾਣਦੇ ਨਹੀਂ ਨਾ ਉਹ ਮੁਰਸ਼ਿਦ ਦੇ ਨਾ ਮਰੀਦ ਹੁੰਦੇ ਸਾਈ ਸਿੱਧੀ ਦੇਵਤਾ ਨਾਲੇ ਸੋਨੇ ਕੱਖ ਦੇ ਨਹੀਂ ਮਰੀਦ ਹੁੰਦੇ ਤੇ ਜਦੋਂ ਦੀ ਜਿਨ੍ਹਾਂ ਨੂੰ ਚੱਕਦੀ ਹੈ ਢੇਰੇ ਦਿਨਾਂ ਦੀ ਉਹ ਮਰੀਦ ਹੁੰਦੇ ਕਬਰ ਗਾਹਾਂ ਵੀ ਪੂਰੀਆਂ ਜਾ ਸਭਰੀ ਜਿੱਥੇ ਮਾਵਾਂ ਦੇ ਲਾਲ ਸ਼ਹੀਦ ਬਾਬਰ ਅਕਾਲੀਆਂ ਦੀ ਧਰਤੀ ਗੈਰਤਮੰਦ ਲੋਕਾਂ ਦੀ ਧਰਤੀ ਦੁਆਬੇ ਦੀ ਧਰਤੀ ਦੋ ਦਰਿਆਵਾਂ ਦੇ ਵਿੱਚੋਂ ਬਾਬਰ ਅਕਾਲੀ ਲਹਿਰ ਉੱਠੀ ਜਿਸਨੇ ਅੰਗਰੇਜ਼ ਰਾਜ ਦੇ ਝੁੱਕ ਟਕਾ ਦਿੱਤੇ ਔਰ ਪਾਰਲੀਮੈਂਟ ਲਗਨ ਦੀ ਜਗ੍ਹਾ ਹੋਣ ਲੱਗੀਆਂ ਕਿ ਭਾਰਤ ਦੀ ਧਰਤੀ ਨੂੰ ਛੱਡ ਕੇ ਆਜਣਾ ਠੀਕ ਹੈ ਕਿਉਂਕਿ ਬਾਬਰ ਅਕਾਲੀਆਂ ਉੱਤੇ ਹਿੰਦੁਸਤਾਨ ਦੀ ਸਰਕਾਰ ਗੋਰਿਆਂ ਦੀ ਕੰਟਰੋਲ ਨਹੀਂ ਕਰ ਸਕਦੀ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਧੰਨਵਾਦ ਹੈ ਇਹ ਢਾਡੀ ਦਰਬਾਰ ਹੈ ਔਰ ਢਾਡੀ ਦਰਬਾਰ ਵਿੱਚ ਅਚੇਚੇ ਤੌਰ ਤੇ ਸਾਡਾ ਇੱਕੋ ਹੀ ਮਿਸ਼ਰੀ ਜਾਂਦਾ ਪਿਛਲੇ ਸਾਲ ਵੀ ਸ਼ਾਮਲ ਕੀਤਾ ਸੀ ਇਹ ਸਾਲ ਵੀ ਸ਼ਾਮਲ ਕੀਤਾ ਇਹਦਾ ਸਾਨੂੰ ਵੀ ਫਾਇਦਾ ਹੈ ਪਿਛਲੇ ਸਾਲ ਸਾਨੂੰ ਮਜ਼ਬੂਰ ਦਿੱਤਾ ਗਿਆ ਕਿ ਰਤਨ ਸਿੰਘ ਰਤਨ ਦੇ ਜੀਵਨ ਦੇ ਬੋਲ ਸਰਦਾਰ ਗੁਰਦੇਵ ਸਿੰਘ ਦਲੇਰ ਦੇ ਚਾਚਾ ਸਰਦਾਰ ਪ੍ਰਾਸ ਸਿੰਘ ਦੀ
मान लो कि मन लाल की मन चंचल मान जो मन में मगना लगे पर मान हो अनूप सिंह का पट्ठा भरन वाला एडा चाचा बोल सिंह जेड़ा लैर मुंडे मर्दियां दे नाल नहीं जाके यार पति नाई मती नाल दी सिंदूर गर्मियां Yeah.
ਤੇਰੇ ਲੈ ਗਿਆ ਉਹ ਗਜੀਤ ਸਿੰਘ ਲਿਖਾ ਵੀ ਤੇ ਉਹਨਾਂ ਦੇ ਭਾਈ ਸਾਹਿਬ ਦਾ ਰਣਜੀਤ ਸਿੰਘ ਲਿਖਾ ਵੀ ਮਾਇਆ ਬਸ ਕਰਾਂ ਮੈਂ ਕਹਿ ਰਿਹਾ ਕਰਦਾ ਲਿਆ ਕੇ ਸਮਾਪਤੀ ਕਰੇ ਉਹ ਚੌਂਕਾ ਸਾਹਿਬ ਗੁਰਦੁਆਰਾ ਜਿੱਥੇ ਬਾਬਾ ਟਕਾ ਜੀ ਸ਼ਹੀਦ ਹੋਏ ਸਨ ਉੱਥੇ ਪਹੁੰਚ ਕੇ ਦਿੱਲੀ ਸੂਰ ਉਸੇ ਚੋਰ ਚੋ ਸ਼ਨਾਨ ਕਰਕੇ ਜਿੱਥੇ ਬਾਬਰਾਂ ਦੀ ਰਣ ਹੋਈ ਸੀ ਅਰਦਾਸ ਕਰਕੇ ਉਹਨਾਂ ਕੋਲ ਅਸ਼ੀਰਵਾਦ ਮੰਗੇ ਸੂਰ ਨੇ ਮਾਂ ਦੇ ਪਿੰਡ ਵਿੱਚ ਪਾ ਗਏ ਰਾਤ ਦੇ ਹਨੇਰੇ ਦੀ ਜੀ ਕਰ ਲਗੇ ਰਾਤ ਪੈਂਦੇ 10 ਵਜੇ ਕੰਨੇ ਸੂਰ ਨੇ ਨੂਰ ਸਿੰਘ ਦੇ ਘਰ ਕੋਲ ਪਹੁੰਚੇ ਇਹਦੇ ਗਵਾਨ ਕਿੱਦਾਂ ਪੈ ਗਿਆ ਸੀ ਬੋਲੀਆਂ ਪੈ ਗਈਆਂ ਸਨ ਭੰਗੜੇ ਪੈ ਗਏ ਸਨ ਕਿਸੇ ਵਿਆਹ ਦਾ ਸਮਾਗਮ ਸੀ ਇਹ ਰਾਤ ਦੇ ਹਨੇਰੇ ਨੂੰ ਉਡੀਕ ਕਰ 12 ਵਜੇ ਉਹ ਕਿੱਦਾਂ ਵੀ ਪੈਣਾ ਹੋ ਗਿਆ ਬੋਲੀਆਂ ਪੈਣਾ ਹੋ ਗਿਆ ਭੰਗੜਾ ਪੈਣਾ ਹੋ ਗਿਆ ਇਹ ਕਿੰਨੇ ਸੂਰ
जब मैं